ਖੁੱਲ ਗਿਆ ਪੰਡੋਰ ਡੈਮ ਦਾ ਗੇਟ, ਭਾਰੀ ਮਲਬੇ ਤੋਂ ਬਾਅਦ ਹੋ ਗਿਆ ਸੀ ਜਾਮ। ਤਾਂ ਦੱਸ ਦਈਏ ਕਿ ਪੰਡੋਰ ਡੈਮ ਦਾ ਗੇਟ ਜੋ ਕਿ ਜਾਮ ਹੋ ਗਿਆ ਸੀ ਤਾਂ ਹੁਣ ਉਹ ਖੁੱਲ ਗਿਆ। ਤਾਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਤੋਂ ਇੱਕ ਟੈਕਨੀਕਲ ਟੀਮ ਆਈ ਸੀ, ਜਿਸ ਤੋਂ ਬਾਅਦ ਉਹਨਾਂ ਨੇ 27 ਘੰਟਿਆਂ ਦੀ ਕੜੀ ਮੁਸ਼ਕਤ ਤੋਂ ਬਾਅਦ ਇਸ ਗੇਟ ਨੂੰ ਖੋਲ੍ਹਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਤਾਂ ਦੱਸ ਦਈਏ ਕਿ 130 ਟਨ ਦਾ ਇਹ ਗੇਟ ਸੀ, ਜਿਸ ਨੂੰ ਖੋਲ੍ਹਣ ਦੇ ਲਈ 50-50 ਟਨ ਦੀਆਂ ਮਸ਼ੀਨਾਂ ਮੰਗਵਾਈਆਂ ਗਈਆਂ ਸੀ। ਤਾਂ 27 ਘੰਟੇ ਦਾ ਸਮਾਂ ਲੱਗਿਆ ਜਿਸ ਤੋਂ ਬਾਅਦ ਇਸ ਗੇਟ ਨੂੰ ਖੋਲ੍ਹਿਆ ਜਾ ਸਕਿਆ। ਤਾਂ ਤੁਹਾਨੂੰ ਦੱਸ ਦਈਏ ਕਿ ਪਹਾੜੀ ਇਲਾਕਾ ਦੇ ਵਿੱਚ ਭਾਰੀ ਮੀਂਹ ਤੋਂ ਬਾਅਦ ਕਾਫੀ ਮਲਬਾ ਸੀ ਜਿਹੜਾ ਇਸ ਡੈਮ ਦੇ ਵਿੱਚ ਜਮ੍ਹਾਂ ਹੋ ਜਾਂਦਾ, ਜਿਸ ਕਾਰਨ ਇਸ ਡੈਮ ਦਾ ਜਿਹੜਾ ਗੇਟ ਨੰਬਰ 2 ਹੁੰਦਾ ਉਹ ਜਾਮ ਹੋ ਜਾਂਦਾ। ਤਾਂ ਪਾਣੀ ਨੱਕੋ ਨੱਕ ਇਸ ਡੈਮ ਦੇ ਵਿੱਚ ਭਰ ਜਾਂਦਾ, ਜਿਸ ਕਾਰਨ ਡੈਮ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਤਾਂ ਮੌਕੇ 'ਤੇ ਉਹਨਾਂ ਦੇ ਵੱਲੋਂ ਚੰਡੀਗੜ੍ਹ ਤੋਂ ਟੈਕਨੀਕਲ ਟੀਮ ਬੁਲਾਈ ਜਾਂਦੀ ਹੈ, ਜਿਸ ਤੋਂ ਬਾਅਦ 27 ਘੰਟਿਆਂ ਬਾਅਦ ਕੜੀ ਮੁਸ਼ਕਤ ਤੋਂ ਬਾਅਦ ਇਸ ਗੇਟ ਨੂੰ ਖੋਲ੍ਹਣ ਦੇ ਵਿੱਚ ਕਾਮਯਾਬੀ ਹਾਸਲ ਹੋਈ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਡੈਮ ਦੇ ਵਿੱਚੋਂ ਇਹ ਸਾਰਾ ਪਾਣੀ ਹੁਣ ਬਾਹਰ ਆ ਰਿਹਾ। ਖੁੱਲ ਗਿਆ ਪੰਡੋਰ ਡੈਮ ਦਾ ਗੇਟ, ਭਾਰੀ ਮਲਬੇ ਤੋਂ ਬਾਅਦ ਹੋ ਗਿਆ ਸੀ ਜਾਮ। ਤਾਂ ਦੱਸ ਦਈਏ ਕਿ ਪੰਡੋਰ ਡੈਮ ਦਾ ਗੇਟ ਜੋ ਕਿ ਜਾਮ ਹੋ ਗਿਆ ਸੀ ਤਾਂ ਹੁਣ ਉਹ ਖੁੱਲ੍ਹ ਗਿਆ। ਤਾਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਤੋਂ ਇੱਕ ਟੈਕਨੀਕਲ ਟੀਮ ਆਈ ਸੀ, ਜਿਸ ਤੋਂ ਬਾਅਦ ਉਹਨਾਂ ਨੇ 27 ਘੰਟਿਆਂ ਦੀ ਕੜੀ ਮੁਸ਼ਕਤ ਤੋਂ ਬਾਅਦ ਇਸ ਗੇਟ ਨੂੰ ਖੋਲ੍ਹਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਤਾਂ ਦੱਸ ਦਈਏ ਕਿ 130 ਟਨ ਦਾ ਇਹ ਗੇਟ ਸੀ, ਜਿਸ ਨੂੰ ਖੋਲ੍ਹਣ ਦੇ ਲਈ 50-50 ਟਨ ਦੀਆਂ ਮਸ਼ੀਨਾਂ ਮੰਗਵਾਈਆਂ ਗਈਆਂ ਸੀ। ਤਾਂ 27 ਘੰਟੇ ਦਾ ਸਮਾਂ ਲੱਗਿਆ ਜਿਸ ਤੋਂ ਬਾਅਦ ਇਸ ਗੇਟ ਨੂੰ ਖੋਲ੍ਹਿਆ ਜਾ ਸਕਿਆ। ਤਾਂ ਤੁਹਾਨੂੰ ਦੱਸ ਦਈਏ ਕਿ ਪਹਾੜੀ ਇਲਾਕਾ ਦੇ ਵਿੱਚ ਭਾਰੀ ਮੀਂਹ ਤੋਂ ਬਾਅਦ ਕਾਫੀ ਮਲਬਾ ਸੀ ਜਿਹੜਾ ਇਸ ਡੈਮ ਦੇ ਵਿੱਚ ਜਮ੍ਹਾਂ ਹੋ ਜਾਂਦਾ, ਜਿਸ ਕਾਰਨ ਇਸ ਡੈਮ ਦਾ ਜਿਹੜਾ ਗੇਟ ਨੰਬਰ 2 ਹੁੰਦਾ ਉਹ ਜਾਮ ਹੋ ਜਾਂਦਾ। ਤਾਂ ਪਾਣੀ ਨੱਕੋ ਨੱਕ ਇਸ ਡੈਮ ਦੇ ਵਿੱਚ ਭਰ ਜਾਂਦਾ, ਜਿਸ ਕਾਰਨ ਡੈਮ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਤਾਂ ਮੌਕੇ 'ਤੇ ਉਹਨਾਂ ਦੇ ਵੱਲੋਂ ਚੰਡੀਗੜ੍ਹ ਤੋਂ ਟੈਕਨੀਕਲ ਟੀਮ ਬੁਲਾਈ ਜਾਂਦੀ ਹੈ, ਜਿਸ ਤੋਂ ਬਾਅਦ 27 ਘੰਟਿਆਂ ਬਾਅਦ ਕੜੀ ਮੁਸ਼ਕਤ ਤੋਂ ਬਾਅਦ ਇਸ ਗੇਟ ਨੂੰ ਖੋਲ੍ਹਣ ਦੇ ਵਿੱਚ ਕਾਮਯਾਬੀ ਹਾਸਲ ਹੋਈ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਡੈਮ ਦੇ ਵਿੱਚੋਂ ਇਹ ਸਾਰਾ ਪਾਣੀ ਹੁਣ ਬਾਹਰ ਆ ਰਿਹਾ। ਖੁੱਲ ਗਿਆ ਪੰਡੋਰ ਡੈਮ ਦਾ ਗੇਟ, ਭਾਰੀ ਮਲਬੇ ਤੋਂ ਬਾਅਦ ਹੋ ਗਿਆ ਸੀ ਜਾਮ। ਤਾਂ ਦੱਸ ਦਈਏ ਕਿ ਪੰਡੋਰ ਡੈਮ ਦਾ ਗੇਟ ਜੋ ਕਿ ਜਾਮ ਹੋ ਗਿਆ ਸੀ ਤਾਂ ਹੁਣ ਉਹ ਖੁੱਲ੍ਹ ਗਿਆ। ਤਾਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਤੋਂ ਇੱਕ ਟੈਕਨੀਕਲ ਟੀਮ ਆਈ ਸੀ, ਜਿਸ ਤੋਂ ਬਾਅਦ ਉਹਨਾਂ ਨੇ 27 ਘੰਟਿਆਂ ਦੀ ਕੜੀ ਮੁਸ਼ਕਤ ਤੋਂ ਬਾਅਦ ਇਸ ਗੇਟ ਨੂੰ ਖੋਲ੍ਹਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਤਾਂ ਦੱਸ ਦਈਏ ਕਿ 130 ਟਨ ਦਾ ਇਹ ਗੇਟ ਸੀ, ਜਿਸ ਨੂੰ ਖੋਲ੍ਹਣ ਦੇ ਲਈ 50-50 ਟਨ ਦੀਆਂ ਮਸ਼ੀਨਾਂ ਮੰਗਵਾਈਆਂ ਗਈਆਂ ਸੀ। ਤਾਂ 27 ਘੰਟੇ ਦਾ ਸਮਾਂ ਲੱਗਿਆ ਜਿਸ ਤੋਂ ਬਾਅਦ ਇਸ ਗੇਟ ਨੂੰ ਖੋਲ੍ਹਿਆ ਜਾ ਸਕਿਆ। ਤਾਂ ਤੁਹਾਨੂੰ ਦੱਸ ਦਈਏ ਕਿ ਪਹਾੜੀ ਇਲਾਕਾ ਦੇ ਵਿੱਚ ਭਾਰੀ ਮੀਂਹ ਤੋਂ ਬਾਅਦ ਕਾਫੀ ਮਲਬਾ ਸੀ ਜਿਹੜਾ ਇਸ ਡੈਮ ਦੇ ਵਿੱਚ ਜਮ੍ਹਾਂ ਹੋ ਜਾਂਦਾ, ਜਿਸ ਕਾਰਨ ਇਸ ਡੈਮ ਦਾ ਜਿਹੜਾ ਗੇਟ ਨੰਬਰ 2 ਹੁੰਦਾ ਉਹ ਜਾਮ ਹੋ ਜਾਂਦਾ। ਤਾਂ ਪਾਣੀ ਨੱਕੋ ਨੱਕ ਇਸ ਡੈਮ ਦੇ ਵਿੱਚ ਭਰ ਜਾਂਦਾ, ਜਿਸ ਕਾਰਨ ਡੈਮ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਤਾਂ ਮੌਕੇ 'ਤੇ ਉਹਨਾਂ ਦੇ ਵੱਲੋਂ ਚੰਡੀਗੜ੍ਹ ਤੋਂ ਟੈਕਨੀਕਲ ਟੀਮ ਬੁਲਾਈ ਜਾਂਦੀ ਹੈ, ਜਿਸ ਤੋਂ ਬਾਅਦ 27 ਘੰਟਿਆਂ ਬਾਅਦ ਕੜੀ ਮੁਸ਼ਕਤ ਤੋਂ ਬਾਅਦ ਇਸ ਗੇਟ ਨੂੰ ਖੋਲ੍ਹਣ ਦੇ ਵਿੱਚ ਕਾਮਯਾਬੀ ਹਾਸਲ ਹੋਈ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਡੈਮ ਦੇ ਵਿੱਚੋਂ ਇਹ ਸਾਰਾ ਪਾਣੀ ਹੁਣ ਬਾਹਰ ਆ ਰਿਹਾ।